ਆਉਂਦੀਆਂ ਨੇਗੀਆਂ ਕਿ ਕੇਂਦਰ ਕੋਲੇ, ਕੇਂਦਰ ਕੋਲੇ ਪਹਿਲਾਂ ਪੰਜਾਬ ਨੂੰ ਖੁਦ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਇੱਕ ਡੀਲ ਦੇ ਅਧੀਨ, ਇੱਕ ਸਮਝੌਤੇ ਦੇ ਅਧੀਨ, ਇੱਕ ਸ਼ਰਯੰਤਰ ਦੇ ਅਧੀਨ, ਇੱਕ ਸਾਜਿਸ਼ ਦੇ ਅਧੀਨ ਵੇਚ ਕੇ ਆਏ ਨੇ, ਹੁਣ ਆ ਕੇ ਡਰਾਮੇ ਕਰ ਦੇਣਗੇ। ਆਮ ਆਦਮੀ ਪਾਰਟੀ ਕੇਂਦਰ ਦੀ ਇਸ ਮੂਵ ਦਾ, ਕੇਂਦਰ ਦੇ ਜਿਹੜਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਦਾਇਰਾ ਵਧਾਇਆ ਗਾ ਉਹਦਾ ਸਖ਼ਤ ਵਿਰੋਧ ਕਰਦੀ ਆ, ਪਰ ਲੇਕਿਨ ਪੰਜਾਬ ਦੇ ਲੋਕਾਂ ਦੇ ਸਾਹਮਣੇ ਪਰਦਾ ਫਾਸ਼ ਕਰਾਂਗੇ ਕਿ ਇਹ ਵਧਾਉਣ ਦੇ ਵਿੱਚ ਕਾਂਗਰਸ ਪਾਰਟੀ ਨੇ ਅਹਿਮ ਭੂਮਿਕਾ ਨਿਭਾਈ ਆ, ਚੰਨੀ ਸਾਹਿਬ ਨੇ ਅਹਿਮ ਭੂਮਿਕਾ ਨਿਭਾਈ ਆ। ਜਿਵੇਂ ਪਹਿਲਾਂ ਕੀ ਹੋਇਆ ਸੀ, ਜਦੋਂ ਖੇਤੀਬਾੜੀ ਬਿੱਲ ਆਏ ਸੀਗੇ, ਉਸ ਸਮੇਂ ਜਦ ਤੱਕ ਖੇਤੀਬਾੜੀ ਬਿੱਲ ਪਾਸ ਨਹੀਂ ਹੋਏ ਉਸ ਸਮੇਂ ਤੱਕ ਅਕਾਲੀ ਦਲ ਉਹਨਾਂ ਖੇਤੀਬਾੜੀ ਬਿੱਲਾਂ ਦੀ ਪ੍ਰੋੜਤਾ ਕਰਦਾ ਰਿਹਾ। ਉਸੇ ਤਰ੍ਹਾਂ ਜਦੋਂ ਲੋਕਾਂ ਦਾ ਵਿਰੋਧ ਹੋ ਗਿਆ ਫਿਰ ਉਹਨਾਂ ਦੇ ਵਿਰੋਧ ਦੇ ਵਿੱਚੋਂ ਅਸਤੀਫਾ ਦਿੱਤਾ। ਹੁਣ ਉਸੇ ਪ੍ਰਕਾਰ ਕਾਂਗਰਸ ਪਾਰਟੀ ਜਦੋਂ ਪੰਜਾਬ ਦੇ ਲੋਕਾਂ ਨੇ 15 ਕਿਲੋਮੀਟਰ ਤੋਂ 50 ਕਿਲੋਮੀਟਰ ਵਧਾਏ ਦਾਇਰੇ ਦਾ ਵਿਰੋਧ ਕੀਤਾ, ਹੁਣ ਅਸੀਂ ਡਰਾਮੇ ਕਰ ਰਹੀ ਆ। ਸੋ ਆਮ ਆਦਮੀ ਪਾਰਟੀ ਬਿਲਕੁਲ ਕੇਂਦਰ ਸਰਕਾਰ ਦੇ ਇਸ ਰਵੱਈਏ ਦੇ ਖਿਲਾਫ਼ ਹੈ, ਪਰ ਪੰਜਾਬ ਦੇ ਵਿੱਚ ਕੈਪਟਨ ਚੰਨੀ ਸਾਹਿਬ ਦਾ, ਚੰਨੀ ਸਾਹਿਬ ਦਾ ਚਿਹਰਾ ਲੋਕਾਂ 'ਚ ਨੰਗਾ ਹੋ ਗਿਆ ਕਿ ਡਰਾਮੇਬਾਜ਼ ਮੁੱਖ ਮੰਤਰੀ ਆ, ਡਰਾਮੇਬਾਜ਼ ਮੁੱਖ ਮੰਤਰੀ ਆ, ਸਿਰਫ ਐਲਾਨ ਕਰਨ ਵਾਲਾ ਮੁੱਖ ਮੰਤਰੀ ਆ। ਆਹ ਪੰਜਾਬ ਨੂੰ ਮੋਦੀ ਕੋਲੇ ਵੇਚਣ ਦੇ ਵਿੱਚ ਅਹਿਮ ਰੋਲ ਜਿਹੜਾ ਹੈਗਾ ਉਹ ਚੰਨੀ ਸਾਹਿਬ ਨੇ ਨਿਭਾਇਆ ਗਾ। ਮੈਂ ਅਮਨ ਅਰੋੜਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਟਵੀਟ ਮਤਾ ਦੇਖੋ, ਮੇਰੇ ਵੱਲੋਂ ਕਿਹਾ ਗਿਆ ਸੀਗਾ ਕਿ ਕੈਪਟਨ ਸਾਹਿਬ ਨੇ ਲਗਾਤਾਰ 4.5 ਸਾਲ ਵਾਰ-ਵਾਰ ਕਿਹਾ ਗਿਆ ਪੰਜਾਬ ਦੀ ਸਿਕਿਉਰਿਟੀ ਨੂੰ ਖਤਰਾ ਗਾ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਜਾਂਦੇ ਸੀ, ਜਦੋਂ ਹੋਮ ਮਿਨਿਸਟਰ ਨੂੰ ਮਿਲਣ ਜਾਂਦੇ ਸੀ, ਜਾਂਦੇ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਸੀ, ਜਾਂਦੇ ਕਿਸੇ ਹੋਰ ਕੰਮ ਨੂੰ ਸੀ, ਪਰ ਬਾਹਰ ਆ ਕੇ ਕੀ ਕਹਿੰਦੇ ਸੀਗੇ, ਸਿਕਿਉਰਿਟੀ ਨੂੰ ਖਤਰਾ ਗਾ, ਇੰਟਰਨਲ ਸਿਕਿਉਰਿਟੀ ਨੂੰ ਖਤਰਾ ਗਾ, ਐਕਸਟਰਨਲ ਸਿਕਿਉਰਿਟੀ ਨੂੰ ਖਤਰਾ ਗਾ, ਉਦੋਂ ਇਹ ਕਹਿੰਦੇ ਸੀਗੇ। ਸੋ ਉਹਨਾਂ ਦੇ ਖਿਲਾਫ਼ ਵੀ ਮੈਂ ਕਿਹਾ ਸੀਗਾ ਕਿ ਸਿੱਧੂ ਸਾਹਿਬ ਮਤਾ ਲੈ ਕੇ ਆਓ, ਉਹਨਾਂ ਦੇ ਖਿਲਾਫ਼ ਵੀ ਨਿੰਦਾ ਪ੍ਰਸਤਾਵ ਪਾਸ ਕਰੋ, ਪਰ ਲੇਕਿਨ ਸਿੱਧੂ ਸਾਹਿਬ ਵੀ ਚੁੱਪ ਕਰ ਗਏ, ਚੰਨੀ ਸਾਹਿਬ ਵੀ ਚੁੱਪ ਕਰ ਗਏ, ਕਾਂਗਰਸ ਪਾਰਟੀ ਚੁੱਪ ਕਰ ਗਈ। ਦੇਖੋ ਮੈਂ ਚਰਨਜੀਤ ਸਿੰਘ ਜਿਹੜਾ ਜਿਹੜਾ ਟਵੀਟ ਕੀਤਾ ਸੀਗਾ ਉਹਦੇ ਬਾਰੇ ਅਮਨ ਜੀ ਦੇਖੋ ਕਿ ਜਦੋਂ ਅਸੀਂ ਇਹ ਗੱਲ ਕਰ ਰਹੇ ਸੀ ਔਰ ਮੈਂ ਬੋਲਿਆ ਕਿ ਟਾਈਮ ਲਾਈਨ ਇਹਦੇ 'ਚ ਬਹੁਤ ਜ਼ਰੂਰੀ ਹੈ, 5 ਅਕਤੂਬਰ ਨੂੰ ਮੁੱਖ ਮੰਤਰੀ ਹੋਮ ਮਿਨਿਸਟਰ ਨੂੰ ਮਿਲ ਕੇ ਅਮਿਤ ਸ਼ਾਹ ਨੂੰ, ਅਤੇ ਉਸ ਦਿਨ ਹੀ ਉਹਨਾਂ ਨੇ ਟਵੀਟ ਕੀਤਾ ਕਿ ਇੰਟਰਨੈਸ਼ਨਲ ਬਾਰਡਰ ਜੀ 'ਚੋਂ ਡਰੱਗਸ ਅਤੇ ਅਸਲਾ ਆ ਰਿਹਾ ਉਹਨੂੰ ਸੀਲ ਕੀਤਾ ਜਾਵੇ, ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸ ਗੱਲ ਤੋਂ ਮੁੱਕਰ ਗਏ ਕਿ ਮੈਂ ਅਜਿਹਾ ਕੋਈ ਟਵੀਟ ਨਹੀਂ ਕੀਤਾ ਹੈਗਾ। ਅਤੇ ਉਸ ਤੋਂ ਬਾਅਦ ਜਦੋਂ ਇਹ ਗੱਲ ਸਾਹਮਣੇ ਕਿ 11 ਤਰੀਕ ਨੂੰ MHA ਨੇ ਨੋਟੀਫਿਕੇਸ਼ਨ ਕੀਤੀ ਅਤੇ ਅੱਜ ਮੁੜ ਕੇ ਅਗਲੇ ਮਹੀਨੇ ਦਾ 11 ਤਰੀਕ ਹੋ ਗਈ ਹੈ, 1 ਮਹੀਨੇ ਤੋਂ ਸਰਕਾਰ ਸੁੱਤੀ ਪਈ ਹੈ, ਅਤੇ ਜਦੋਂ ਚੰਨੀ ਸਾਹਿਬ ਆਪਦੀ ਇਸ ਗੱਲ ਤੋਂ ਮੁੱਕਰੇ, ਸਦਨ ਦੀਆਂ ਕਦਰਾਂ ਕੀਮਤਾਂ ਨੂੰ ਅੱਜ ਢਾਲ ਲਈ ਹੈ ਚੰਨੀ ਸਾਹਿਬ ਨੇ ਕਿ ਉਹਨਾਂ ਨੇ ਕੋਈ ਅਜਿਹਾ ਟਵੀਟ ਨਹੀਂ ਕੀਤਾ। ਜਦੋਂ ਅਸੀਂ